अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। रामा मंडी स्थित रविदास कॉलोनी में घर के बाहर खड़े युवक पर 25-30 युवकों ने हमला कर दिया और युवक ने घर के अंदर घुसकर अपनी जान बचाई। इस दौरान हमलावरों ने दरवाजा तोड़ने की कोशिश भी की लेकिन नाकाम रहे। इस दौरान हंगामे की आवाज़ सुनकर मोहल्लावासी इकट्ठे हो गए। राजपाल ने बताया कि कुछ दिन पहले इन युवकों के साथ कहवा सुनी हुई थी जिसे लेकर वह उस पर हमला करने पहुंचे थे। राजपाल ने यह भी बताया कि हमलावर तलन तथा तनोवाली के रहने वाले थे जो कि मोटरसाइकिलों पर सवार होकर आए थे। लोगों को इकट्ठा होता देख वह अपने मोटरसाइकिल छोड़कर फरार हो गए। मोहल्लावासियों ने एक हमलावर को मौके पर ही पकड़ लिया और पुलिस के हवाले कर दिया। हाँ जी वीर जी, की नाम ताडा? राजपाल जी। हाँ जी, की गल की हुई आज? गल जी, थोड़े दिन पहला लड़ाई हुई सी जी। किथे हुई सी? लद्दे वाली हुई सी जी। लद्दे वाली किथे करके? मेला चल रहा सीगा उत्थे, मैनू नहीं पता, उत्थे गुरुद्वारे दे कोल, ठीक है जी, मेला चल रहा सी। उदों इन्हां ने मेरे थप्पड़ थुप्पड़ मारे जी, उदों मैं दौड़ गया सीगा। अच्छा जी, किन्ने जने सीगे उह? उह घट्टो घट्ट नहीं उदों वी 20-25 जने सीगे जी। अच्छा जी, ठीक है जी। ਅੱਜ ਜੀ ਪਾਰਕ ਦੇ ਕੋਲ ਮੈਂ ਖੜਾ ਸੀਗਾ, ਇਹਨਾਂ ਨੇ ਮੇਰਾ ਟਾਈਮ ਟੂਮ ਚੱਕਿਆ ਜੀ, ਠੀਕ ਆ। ਅੱਛਾ ਜੀ, ਕਿੰਨੇ ਜਣੇ ਆਏ ਸੀ? ਇਹ ਘੱਟੋ ਘੱਟ ਨਹੀਂ 35-40 ਜਣੇ ਸੀ ਅੱਜ। ਅਤੇ ਕੋਈ ਇੱਥੇ ਮੋਟਰਸਾਈਕਲ ਵੀ ਰਿਕਵਰ ਹੋਏ ਨੇ? ਹਾਂਜੀ ਹਾਂਜੀ, 5 ਮੋਟਰਸਾਈਕਲ ਰਿਕਵਰ ਹੋਏ ਆ ਜੀ। ਅਤੇ ਚਾਰ ਮੋਟਰਸਾਈਕਲ, ਇੱਕ ਐਕਟੀਵਾ ਜੀ। ਅੱਛਾ ਜੀ, ਤੁਸੀਂ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ? ਪੁਲਿਸ ਨੂੰ ਦਿੱਤੀ ਜੀ, ਪੁਲਿਸ ਆਈ ਸੀਗੀ ਮੌਕੇ 'ਤੇ, ਮੋਟਰਸਾਈਕਲ ਲੈ ਗਈ ਆ। ਕਿਹੜੀ ਪੁਲਿਸ ਆਈ ਸੀ? ਪੁਲਿਸ ਜੀ ਆਪਣੇ ਨੰਗਲ ਸ਼ਾਮਾ ਦੀ ਆਈ ਸੀਗੀ। ਕੌਣ ਆਏ ਸੀਗੇ? ਸੇਵਾ ਸਿੰਘ ਜੀ ਆਏ ਸੀਗੇ ਜੀ। ਅਤੇ ਕੀ ਕਹਿਣਾ ਉਹਨਾਂ ਦਾ? ਉਹਨਾਂ ਦਾ ਕਹਿੰਦੇ ਜੀ ਸਖ਼ਤ ਕਾਰਵਾਈ ਕੀਤੀ ਜਾਊਗੀ, ਵਧੀਆ ਤਰੀਕੇ ਨਾਲ ਜੀ, ਇਨਸਾਫ਼ ਮਿਲੂਗਾ ਜੀ। ਅਤੇ ਤੁਹਾਡੇ ਨਾਲ ਅੱਜ ਵੀ ਕੁੱਟਮਾਰ ਹੋਈ ਹੈ? ਅੱਜ ਕੁੱਟਮਾਰ ਨਹੀਂ ਹੋਈ ਜੀ, ਮੈਂ ਦੌੜ ਕੇ ਅੰਦਰ ਵੜ ਗਿਆ ਜੀ। ਅਤੇ ਤੁਹਾਡੇ ਘਰ 'ਤੇ ਵੀ ਹਮਲਾ ਕੀਤਾ? ਘਰ 'ਤੇ ਹਮਲਾ ਕੀਤਾ ਜੀ, ਇੱਟਾਂ ਰੋੜੇ ਮਾਰੇ ਆ ਜੀ, ਇੱਕ ਮੁੰਡੇ ਕੋਲ ਪਿਸਟਲ ਸੀਗਾ ਜੀ, ਉਹਨੇ ਮੇਰੇ ਵੱਲੋਂ ਪਿਸਟਲ ਕੀਤਾ, ਮੈਂ ਦੌੜ ਕੇ ਕੋਠੇ ਚੜ ਗਿਆ ਜੀ। ਅੱਛਾ ਜੀ, ਕੋਈ ਫਾਇਰ ਫੋਰ ਵੀ ਕੀਤਾ ਉਹਨਾਂ? ਫਾਇਰ ਫੋਰ ਨਹੀਂ ਕੀਤਾ ਜੀ। ਅਤੇ ਕੀ ਪਹਿਲਾਂ ਕਿਸ ਗੱਲੋਂ ਲੜਾਈ ਹੋਈ ਸੀਗੀ? ਪਹਿਲਾਂ ਜੀ ਥੋੜ੍ਹੇ ਦਿਨ ਪਹਿਲਾਂ ਲੜਾਈ ਹੋਈ ਸੀਗੀ, ਅੱਜ ਤੋਂ 9 ਮਹੀਨੇ ਪਿੱਛੇ ਚੱਲ ਜਾਓ ਜੀ। ਉਦੋਂ ਇਹਨਾਂ ਨੇ ਮੇਰੇ ਤਲਨ ਸਾਹਿਬ ਗੁਰਦੁਆਰੇ 'ਚ ਥੱਪੜ ਥੁੱਪੜ ਮਾਰੇ ਸੀ ਜੀ। ਕਿਸ ਗੱਲੋਂ ਹੋਈ ਸੀ ਲੜਾਈ? ਗੱਲਬਾਤ ਜੀ ਕਿਸੇ ਹੋਰ ਦੀ ਸੀ, ਮੈਂ ਗੱਡੀ 'ਚ ਬੈਠਾ ਪਿਆ ਸੀਗਾ ਜੀ, ਇਹਨਾਂ ਨੇ ਨਜਾਇਜ਼ ਆਣ ਕੇ ਮੇਰੇ ਥੱਪੜ ਮਾਰੇ। ਕਿਸ ਗੱਲੋਂ ਲੜਾਈ ਹੋਈ ਸੀ, ਕਿਹਦੇ ਕਰਕੇ ਲੜਾਈ ਹੋਈ ਸੀ? ਮੁੰਡਾ ਗੁਰਜੀਤ ਦਾ ਜੀ, ਧੰਨੋਵਾਲੀ ਦਾ, ਉਹਦੇ ਕਰਕੇ ਲੜਾਈ ਹੋਈ ਸੀਗੀ। ਕੀ ਗੱਲ ਹੋਈ ਸੀ ਉਹਦੀ? ਗੱਲ ਉਹਨਾਂ ਦੀ ਆਪਸ 'ਚ ਹੋਈ ਸੀਗੀ ਜੀ, ਮੈਂ ਗੱਡੀ 'ਚ ਬੈਠਾ ਪਿਆ ਸੀਗਾ, ਮੈਨੂੰ ਨਹੀਂ ਪਤਾ ਕੀ ਗੱਲ ਹੋਈ ਸੀ ਕੀ ਨਹੀਂ। ਅੱਛਾ, ਤੁਹਾਡੇ ਨਾਲ ਉਹਨਾਂ ਦਾ ਕੀ ਮਸਲਾ ਸੀਗਾ? ਮਸਲਾ ਜੀ ਉਸ ਤੋਂ ਬਾਅਦ ਅਸੀਂ ਵੀ ਉਹਨਾਂ ਨੇ ਮਾਰੀਆਂ ਵੱਡੇ ਬੰਦੇ ਸੀਨੀਅਰ 'ਚ ਪੈ ਕੇ ਰਾਜੀਨਾਮਾ ਹੋ ਗਿਆ ਸੀਗਾ ਜੀ, ਸਾਰੀ ਗੱਲਬਾਤ ਖਤਮ ਹੋ ਗਈ ਸੀਗੀ, ਮੇਰੇ ਕੋਲ ਰਿਕਾਰਡਿੰਗਾਂ ਪਈਆਂ, ਸਾਰਾ ਕੁਝ ਪਿਆ ਵਾ, ਠੀਕ ਆ ਜੀ, ਸਾਰੀ ਗੱਲਬਾਤ ਖਤਮ ਹੋ ਗਈ ਸੀਗੀ ਜੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਥੋੜ੍ਹੇ ਦਿਨ ਪਹਿਲਾਂ ਮੇਰੇ ਥੱਪੜ ਮਾਰੇ ਉੱਥੇ ਘੇਰ ਕੇ। ਅੱਛਾ, ਉਸ ਤੋਂ ਬਾਅਦ ਅੱਜ ਫਿਰ ਆਏ ਨੇ? ਅੱਜ ਫਿਰ ਆਏ। ਅਤੇ ਕਿੰਨੇ ਕੁ ਜਣੇ ਆਏ ਸੀ ਅਤੇ ਕੀ ਹਥਿਆਰ ਲੈ ਕੇ ਆਏ? ਅੱਜ 30-35 ਜਣੇ ਸੀ, ਇਹਨਾਂ ਕੋਲ ਖੰਡੇ ਪਿਸਟਲ ਸੀਗਾ ਇੱਕ ਮੁੰਡੇ ਤੋਂ, ਤਾਂ ਮੈਂ ਤਾਂ ਇੱਕ ਕੋ ਦੇਖਿਆ ਜੀ, ਠੀਕ ਆ ਜੀ, ਬਾਕੀ ਪਤਾ ਨਹੀਂ ਕਿੰਨਿਆਂ ਕੋ ਸੀਗਾ ਕਿੰਨਿਆਂ ਕੋ ਨਹੀਂ, ਸਿੱਧੀ ਗੱਲ ਆ ਜੀ। ਅੱਛਾ, ਪਾਨਾ ਦਾਤਰਾ ਆਨੇ ਵਾਲੇ? ਅਤੇ ਤੁਸੀਂ ਉਸ ਵੇਲੇ ਕਿੱਥੇ ਸੀਗੇ ਜਦੋਂ ਤੁਹਾਡੇ ਕੋਲ ਆਏ ਹੋ? ਮੈਂ ਜੀ ਉੱਥੇ ਸੀਗਾ ਪਾਰਕ 'ਚ ਖੜਾ, ਮੈਂ ਦੇਖੇ, ਮੈਂ ਦੌੜ ਕੇ ਅੰਦਰ ਵੜ ਕੇ ਬੂਹਾ ਲਾ ਲਿਆ ਜੀ, ਠੀਕ ਆ ਜੀ, ਇੱਦਾਂ ਹੀ ਨੂੰ ਉੱਤਰ ਕੇ ਉਹ ਮੇਰੇ ਮਾਰਨੀਆਂ ਖੰਡੇ ਮਾਰਨੇ ਸ਼ੁਰੂ ਕਰਤੇ ਉਹਨਾਂ ਨੇ ਗੇਟ 'ਤੇ ਜੀ। ਤੁਸੀਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ? ਦਿੱਤੀ ਜੀ। ਅਤੇ ਪੁਲਿਸ ਆਈ ਸੀ? ਆਈ ਸੀ ਜੀ। ਉਹਨਾਂ ਦਾ ਕੀ ਕਹਿਣਾ? 2-2.5 ਘੰਟਿਆਂ ਬਾਅਦ ਪੁਲਿਸ ਆਈ ਜੀ। 2-2.5 ਘੰਟਿਆਂ ਬਾਅਦ ਪੁਲਿਸ ਆਈ? ਅਤੇ ਉਸ ਵੇਲੇ ਉਹ ਬੰਦੇ ਇੱਧਰੋਂ ਫਰਾਰ ਹੋ ਗਏ ਸੀਗੇ? ਹਾਂਜੀ ਹਾਂਜੀ, ਫਰਾਰ ਹੋ ਗਏ ਸੀਗੇ ਜੀ, ਮੋਟਰਸਾਈਕਲ ਉਹਨਾਂ ਦਿੱਤੀ ਸੀਗੀ। ਅਤੇ ਉਹ ਬੰਦੇ ਜਿਹੜੇ ਆਏ ਨੇ ਤੁਸੀਂ ਉਹਨਾਂ ਨੂੰ ਪਛਾਣਦੇ ਹੋ? ਹਾਂਜੀ, ਇੱਕ ਮੁੰਡਾ ਆਇਆ ਜੀ ਬਿੱਲਾ ਤੱਲਣ ਦਾ, ਅਤੇ ਮੁੰਡੇ ਲੱਦੇ ਵਾਲੀ ਦੇ ਆ ਜੀ ਵਿੱਚ। ਨਾਮ ਉਹਨਾਂ ਦੇ ਕੀ ਨੇ? ਇੱਕ ਜੀ ਸਨੀ ਨਾਰ ਆ ਮੁੰਡਾ ਜੀ, ਠੀਕ ਆ ਜੀ, ਇੱਕ ਮੁੰਡਾ ਨਵੀਨ ਆ ਜੀ, ਠੀਕ ਆ ਜੀ, ਬਾਕੀ ਜੀ ਹੁਣ ਉਹਨਾਂ ਨੇ ਮੋਟਰਸਾਈਕਲ ਦੇਖੇ ਆ, ਜਿਹੜੇ ਜਿਹੜੇ ਹੋਊਗੇ ਉਹ ਕਰੂਗੇ ਕਾਰਵਾਈ। ਅਤੇ ਪਹਿਲਾਂ ਕੀ ਗੱਲ ਹੋਈ ਸੀ, ਕਿੱਧਰੋਂ ਇਹ ਗੱਲ ਵਧੀ? ਗੱਲ ਜੀ ਕੁਛ ਨਹੀਂ ਹੋਈ ਸੀ, ਗੁਰਜੀਤ ਮੁੰਡੇ ਦੀ ਗੱਲਬਾਤ ਸੀਗੀ, ਮੈਂ ਗੱਡੀ 'ਚ ਬੈਠਾ ਪਿਆ ਸੀਗਾ, ਇਹਨਾਂ ਨੇ ਮੇਰੇ ਨਜਾਇਜ਼ ਥੱਪੜ ਮਾਰੇ, ਗੱਲ ਦਾ ਮੈਨੂੰ ਵੀ ਨਹੀਂ ਪਤਾ ਜੀ ਕੀ ਗੱਲ ਸੀ ਇਹਨਾਂ ਦੀ ਆਪਸ 'ਚ, ਕੀ ਨਹੀਂ। ਅਤੇ ਤੁਸੀਂ ਇਸ ਬਾਰੇ ਪਹਿਲਾਂ ਵੀ ਕੰਪਲੇਂਟ ਕੀਤੀ ਸੀ? ਪਹਿਲਾਂ ਕੰਪਲੇਂਟ ਨਹੀਂ ਕੀਤੀ ਸੀ, ਪਹਿਲਾਂ ਵੱਡੇ ਬੰਦੇ ਸੀਨੀਅਰ ਪੈ ਕੇ ਰਾਜੀਨਾਮਾ ਹੋ ਗਿਆ ਸੀ। ਕਿਹਨਾਂ ਵੱਲੋਂ ਰਾਜੀਨਾਮਾ ਕਰਾਇਆ ਗਿਆ ਸੀ? ਰਾਜਾ ਜੀ ਰਾਜੀਨਾਮਾ ਜੀ ਗੁਲਾਟੀ ਸੀਗਾ ਜੀ, ਉੱਧਰੋਂ ਡਿੰਪਲ ਵੀਰ ਸੀਗਾ, ਦੋਨਾਂ ਦੀ ਕੌਨਫੇਅਰ ਲੱਗੀ ਸੀਗੀ, ਮੁੰਡਾ ਸੀਗਾ ਬੰਟੀ ਤੱਲਣ ਦਾ, ਠੀਕ ਆ ਜੀ, ਉਹਦੇ ਨਾਲ ਲੱਗੀ ਸੀਗੀ ਜੀ, ਵਿੱਚ ਮੈਂ ਸੀਗਾ, ਠੀਕ ਆ ਜੀ, ਚਾਰਾਂ ਨੇ ਰਾਜੀ ਨੇ ਫੋਨ 'ਤੇ ਵਿੱਚ ਹੀ ਮੇਰੇ ਕੋਲ ਕੋਡੀਆਂ ਪਈਆਂ, ਸਾਰਾ ਰਾਜੀਨਾਮਾ ਵਿੱਚ ਹੋ ਗਿਆ। ਅਤੇ ਤੁਸੀਂ ਇਸ ਬਾਰੇ ਹੁਣ ਕਿਹਨੂੰ ਕੰਪਲੇਂਟ ਕੀਤੀ ਆ? ਇਸ ਵੇਲੇ ਅਸੀਂ ਇਸ ਟਾਈਮ ਪੁਲਿਸ ਨੂੰ ਸੱਦਿਆ ਸੀਗਾ ਜੀ, ਠੀਕ ਆ ਜੀ, ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਜੀ। ਰਾਤ ਮਾਮਲਾ ਇਹ ਸੀ ਵੀ ਮੁੰਡਾ ਰਾਜਪਾਲ ਆ, ਪਹਿਲਾਂ ਇਹ ਸਾਰੇ ਗਰੁੱਪ ਦੇ ਆਪਣੇ ਦੋਸਤ ਹੀ ਹੈਗੇ ਆ, ਬੰਦੇ ਦੋਸਤ ਹੀ ਹੈਗੇ ਆ ਸਾਰੇ, ਇਹਨਾਂ ਦਾ ਪਹਿਲਾਂ ਕੋਈ ਝਗੜਾ ਹੋਇਆ ਸੀ। ਰਾਤ ਵੇਲੇ ਇਹ ਰਾਜਪਾਲ ਨੂੰ ਜਿਹੜਾ ਆ ਕੁੱਟਣ ਮਾਰਨ ਜਾਂ ਧਮਕਾਉਣ ਲਈ ਆਏ ਸੀ, ਅਤੇ ਇਹਨਾਂ ਆਪਣੇ ਲੋਕ ਇਕੱਠੇ ਹੋ ਗਏ ਅਤੇ ਇੱਥੇ ਕਾਫੀ 4-5 ਮੋਟਰਸਾਈਕਲ ਜਿਹੜੇ ਇਹਨਾਂ ਦੇ ਡਿੱਗ ਪੈ ਅਤੇ ਲੈ ਕੇ ਆ ਗਏ ਸੀ।
ਹੁਣ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਰਾਜੀਨਾਮੇ ਦੀ ਗੱਲ ਚੱਲਦੀ ਆ, ਦੋਵੇਂ ਪਾਰਟੀਆਂ ਆਪਸ ਵਿੱਚ ਇੱਕ ਦੂਜੇ ਨੂੰ ਵਾਕਫਕਾਰ ਹੈਗੀਆਂ। 5 ਵਜੇ ਦਾ ਟਾਈਮ ਰੱਖਿਆ ਹੈਗਾ, ਜੇਕਰ ਰਾਜੀਨਾਮਾ ਹੋ ਗਿਆ ਠੀਕ ਹੈ, ਨਹੀਂ ਤਾਂ ਇਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ। ਐਨਕਾਊਂਟਰ ਜਲੰਧਰ ਸੇ ਵਰੁਣ ਕੀ ਰਿਪੋਰਟ।